ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਡਟੇ ਕਿਸਾਨਾਂ ਦੀ ਹੌਸਲਾ ਅਫਜ਼ਾਈ ਲਈ ਵੱਖੋ ਵੱਖਰੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ। ਭਾਵੇਂ ਇਸ ਵੇਲੇ ਕੁਦਰਤ ਵੀ ਮੀਂਹ ਪਾ ਕੇ ਕਿਸਾਨਾਂ ਦਾ ਇਮਤਿਹਾਨ ਲੈ ਰਹੀ ਜਾਪਦੀ ਹੈ, ਇਹਨਾਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਕਿਸਾਨਾਂ ਦੇ ਹੌਸਲੇ ਤਾਂ ਬੁਲੰਦ ਹੀ ਨੇ। ਇਸ ਦੇ ਨਾਲ ਨਾਲ ਲੋਕਾਂ ਵੱਲੋਂ ਵੀ ਉਹਨਾਂ ਦਾ ਪੂਰਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸੇ ਦਰਮਿਆਨ ਵਰਦੇ ਮੀਂਹ 'ਚ ਕਿਸਾਨਾਂ ਦੀ ਹੌਸਲਾ ਅਫਜ਼ਾਈ ਲਈ ਅੱਜ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਵੱਲੋਂ ਕਬੱਡੀ ਮੈਚ ਖੇਡਿਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਆਖਿਆ ਕਿ ਸਰਦ ਰੁੱਤ ਦੇ ਮੀਂਹ ਵਿੱਚ ਜਿੱਥੇ ਇਹਨਾਂ ਲੜਕੀਆਂ ਵੱਲੋਂ ਕਬੱਡੀ ਮੈਚ ਖੇਡੇ ਜਾਣ ਦਾ ਉਪਰਾਲਾ ਸ਼ਲਾਘਾਯੋਗ ਹੈ, ਉੱਥੇ ਇਸ ਖੇਡ ਨੂੰ ਦੇਖਣ ਵਾਲਿਆਂ ਦਾ ਜੋਸ਼ ਵੀ ਦੇਖਿਆ ਹੀ ਬਣਦਾ ਸੀ।